ਵੇਗਾ ਮੈਂ ਆਪਦੀ ਗੱਲ ਦੱਸਦਾ ਜਿੰਦਗੀ ਦੇ ਵਿੱਚ ਅੱਜ ਤੱਕ ਨਾ ਤਾਂ ਮੈਂ ਕਦੇ ਕਿਸੇ ਨੂੰ ਇਦਾਂ ਰਿਪਲਾਈ ਕੀਤਾ ਤੇ ਨਾ ਹੀ ਮੇਰੀ ਆਦਤਾਂ ਵੀ ਔਰ ਵੀ ਛੱਡ ਖੜਾ ਹਨ ਜੇ ਆਪਣੇ ਬਾਰੇ ਕੋਈ ਬੋਲਦਾ ਤਾਂ ਕੋਈ ਗੱਲ ਨਹੀਂ ਬੋਲ ਲੈਣ ਦੇ ਪਹਿਲਾਂ ਵੀ ਇੱਕ ਦੋ ਵਾਰੀ ਹੋਇਆ ਬੰਦੇ ਲਾਈਵ ਵੀ ਹੋਏ ਤੇ ਬੁਰਾ ਭਲਾ ਵੀ ਚਲੋ ਕਿਹਾ ਉਹਨਾਂ ਨੇ ਆਪਣੇ ਬਾਰੇ ਹਨ ਪਰ ਆਪਾਂ ਜਿਹੜਾ ਕਦੇ ਲਾਈਵ ਨਹੀਂ ਹੋਏ ਸੰਦੀਪ ਗੱਲ ਨਾ ਉਹਨੇ ਵੀ ਨਹੀਂ ਲਿਆ ਤੇ ਨਾ ਆਪਾਂ ਵੀ ਨਹੀਂ ਲਿਆ ਨਾ ਉਹਨੇ ਵੀ ਕਮੈਂਟਰੀ ਵਾਲਾ ਹੀ ਕਿਹਾ ਤੇ ਨਾਮ ਐ ਵੀ ਨਹੀਂ ਲੈਣਾ ਦੁਨੀਆ ਨੇ ਸਮਝ ਜਾਣਾ ਹੀ ਆ ਸਾਰਿਆਂ ਨੇ ਮੈਂ ਕੀ ਦੀ ਗੱਲ ਕਰਦਾ ਸਭ ਤੋਂ ਪਹਿਲੀ ਗੱਲ ਬਾਈ ਮੈਂ ਕੋਈ ਬੰਦਾ ਬਾਹਲਾ ਚੰਗਾ ਨਹੀਂਗਾ ਮੇਰੇ 'ਚ ਬਹੁਤ ਔਗਣ ਨੇ ਇਹ ਗੱਲ ਮੈਂ ਤੁਹਾਨੂੰ ਸਪਸ਼ਟ ਅਤੇ ਸਿੱਧੇ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਜਿਹੜੀ ਆ ਕਲੀਅਰ ਕਰ ਰਿਹਾ ਮੈਂ ਲਾਈਵ ਹੋਣਾ ਨਹੀਂ ਸੀ ਪਰ ਮੈਨੂੰ ਮਜਬੂਰਨ ਜਿਹੜਾ ਇਹ ਹੋਣਾ ਪਿਆ ਅੱਜ ਤੱਕ 20 ਸਾਲ ਦਾ ਕੈਰੀਅਰ ਜਿਹੜਾ ਮੈਨੂੰ 20 ਸਾਲ ਹੋ ਗਏ ਇਨ੍ਹਾਂ ਗਰਾਊਂਡਾਂ ਦੇ ਵਿੱਚ ਕਮੈਂਟਰੀ ਕਰਦੇ ਨੂੰ ਅੱਜ ਤੱਕ ਮੈਂ ਕਦੇ ਵੀ ਕਿਸੇ ਪਲੇਅਰ ਖਿਲਾਫ ਜਾਂ ਕਬੱਡੀ ਖਿਲਾਫ ਕਦੇ ਵੀ ਕੋਈ ਸ਼ਬਦ ਨਹੀਂ ਬੋਲਿਆ ਜਿ ਜਿੱਥੋਂ ਤੱਕ ਮੈਨੂੰ ਲੱਗਦਾ ਬਾਕੀ ਜੇ ਕਈ ਵਾਰੀ ਕਦੇ ਬੋਲਿਆ ਗਿਆ ਹੋਵੇ ਤਾਂ ਉਹਦੇ ਬਾਰੇ ਵੀ ਮੈਂ ਦੱਸਦਾ ਵੀ ਮੈਂ ਕਦੋਂ ਤੇ ਕਿਵੇਂ ਤੇ ਕਿਉਂ ਬੋਲਿਆ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਗਰਾਊਂਡ ਦੇ ਵਿੱਚ ਪਲੇਅਰ ਲੇਟ ਆਉਂਦੇ ਆ ਤੇ ਉਦੋਂ ਲੋਕ ਉਹਨਾਂ ਦੇ ਮੂੰਹ ਵੱਲ ਝਾਕਦੇ ਰਹਿੰਦੇ ਆ ਮੈਂ ਉਦੋਂ ਗਰਾਊਂਡ ਦੇ ਵਿੱਚ ਸ਼ਰ੍ਹਾਂ ਬੋਲਦਾ ਵੀ ਪਲੇਅਰਾਂ ਨੂੰ ਟਾਈਮ ਨਾਲ ਆਉਣਾ ਚਾਹੀਦਾ ਜਾਂ ਸਾਨੂੰ ਸਿਸਟਮ ਬਣਾਉਣਾ ਚਾਹੀਦਾ ਹਨੇਰੇ ਦੇ ਵਿੱਚ ਲੋਕ ਖੱਜਲ ਖਵਾਰ ਹੁੰਦੇ ਆ ਹਨ ਉਹਦੇ ਵਿੱਚ ਲੋਕਾਂ ਦਾ ਫਾਇਦਾ ਤਾਂ ਬੋਲਦਾ ਬਾਈ ਉਦੋਂ ਬੋਲਿਆ ਔਰ ਉਸ ਤੋਂ ਬਾਅਦ ਪਿਛਲੇ ਜਾਨਕਿ 5 ਮਹੀਨੇ ਹੋ ਗਏ ਸਾਡਾ ਕਬੱਡੀ ਵਾਲਾ ਪਲੇਅਰ ਜਿਹੜਾ ਮਾਰਤਾ ਸੀਗਾ ਪੁਲਿਸ ਵਾਲੇ ਨੇ ਗੋਲੀਆਂ ਮਾਰ ਕੇ ਅਰਵਿੰਦਰ ਪਲਵਾਨ ਠੀਕ ਆ ਉਸ ਟਾਈਮ ਕੋਈ ਵੀ ਬੰਦਾ ਕਬੱਡੀ ਵਾਲਾ ਨਹੀਂ ਸੀ ਬੋਲਿਆ ਤੇ ਉਦੋਂ ਆਪਣਾ ਫਰਜ਼ ਸਮਝ ਕੇ ਮੈਂ ਕਿਸੇ ਤੇ ਕੋਈ ਆਸਾਨ ਨਹੀਂ ਸੀ ਕੀਤਾ ਉਦੋਂ ਆਪਣਾ ਫਰਜ਼ ਸਮਝ ਕੇ ਉਸ ਚੀਜ਼ ਲਈ ਬੋਲਿਆ ਸੀ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਆਵਾਜ਼ ਠਾਉਣੀ ਪੈਣੀ ਹੈ ਵੀ ਸਾਡੇ ਭਰਾ ਨਾਲ ਧੱਕਾ ਹੋਇਆ ਠੀਕ ਆ ਉਦੋਂ ਵੀ ਮਸਾਂ ਜਾਨੀ ਕਿ ਵੀ ਕਹਿ ਕਹਾ ਕੇ ਬੰਦੇ ਤੋਰੇ ਸੀਗੇ ਜਿੰਨਿਆਂ ਕਨੇ ਪੋਸਟਾਂ ਪਾਈਆਂ ਸੀਗੀਆਂ ਜਾਂ ਜਿੰਨਿਆਂ ਕਨੇ ਵੀ ਬੋਲਿਆ ਸੀ ਮਸਾਂ ਕਹਿ ਕਹਾ ਕੇ ਵੀ ਸਾਰੇ ਬੰਦੇ ਇਹ ਡਰਦੇ ਸੀਗੇ ਵੀ ਯਾਰ ਵੀ ਪਤਾ ਨਹੀਂ ਕੀ ਹੋਜੂ ਕੀ ਨਹੀਂ ਹੋਜੂ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਕੀ ਹੋਣਾ ਯਾਰ ਜਦੋਂ ਸਾਡਾ ਭਰਾ ਹੀ ਨਹੀਂ ਰਿਹਾ ਤਾਂ ਫਿਰ ਅਸੀਂ ਕਰਨਾ ਵੀ ਕੀ ਐ ਦੂ ਬਾਦ ਠੀਕ ਆ ਉਦੋਂ ਮੈਂ ਬੋਲਿਆ ਸ਼ਰਿਆਂ ਬੋਲਿਆ ਬਾਈ ਪਲੇয়ারਾਂ ਨੂੰ ਬੋਲਿਆ ਵੀ ਪਲੇয়ারਾਂ ਨੂੰ ਸਾਨੂੰ ਉੱਠਣਾ ਚਾਹੀਦਾ ਹੈ ਸਾਡੇ ਪਲੇয়ারਾਂ ਦੇ ਵਿੱਚ ਕਮੀ ਆ ਅੱਜ ਵੀ ਕਹਿੰਦਾ ਇਹ ਗੱਲ ਔਰ ਤੀਜੀ ਗੱਲ ਜਿਹੜੀ ਹੁਣ ਕੱਲ ਵੀਰ ਨੇ ਬੋਲੀ ਮੇਰੇ ਨੇ ਵੱਡੇ ਭਰਾ ਨੇ ਮੇਰੇ ਨੇ ਵੀ ਇੱਕ ਕਮੈਂਟਰੀ ਵਾਲਾ ਜਿਹੜਾ ਗਮਰਾਹ ਕਰ ਰਿਆ ਲੋਕਾਂ ਨੂੰ ਵੀ ਕਬੱਡੀ ਵਾਲੇ ਆਉਂਦੇ ਨਹੀਂ ਕਬੱਡੀ ਵਾਲੇ ਐਦਾਂ ਉਦਾਂ ਜੋ ਵੀ ਉਹ ਵੀ ਕਮੈਂਟਰੀ ਵਾਲਾ ਗਮਰਾਹ ਕਰ ਰਿਆ ਵੀ ਆਪ ਜਾ ਕੇ ਲਾਈਵ ਹੁੰਦਾ ਦੱਸਦਾ ਐਦਾਂ ਇਹ ਬੋ ਕਈਆਂ ਨੂੰ ਨਹੀਂ ਆਤ ਹੁੰਦੀ ਇਹਦੇ ਬਾਰੇ ਮੈਂ ਵਿਸਥਾਰ ਸਹਿਤ ਹੁਣ ਤੁਹਾਨੂੰ ਦੱਸਣ ਲੱਗਿਆ ਮੇਰੇ ਭਰਾ ਚੱਲਦਾ ਚੱਲਦਾ ਲਾਈਵ ਸ਼ੇਅਰ ਕਰ ਦਿਓ ਠੀਕ ਆ ਸਭ ਤੋਂ ਪਹਿਲੀ ਗੱਲ ਇਹ ਜਿਹੜਾ ਮਸਲਾ ਜਿਹੜੀ ਇਹ ਗੱਲ ਚੱਲ ਰਹੀ ਆ ਇਹ ਸਾਡੀ ਹੋਂਦ ਦੀ ਆ ਲੜਾਈ ਸਾਡੀ ਕਿਸਾਨੀ ਦੀ ਲੜਾਈ ਨਹੀਂਗੀ ਇਹ ਸਾਡੀ ਹੋਂਦ ਦੀ ਲੜਾਈ ਆਗੀ ਠੀਕ ਆ ਅਸੀਂ ਇਸ ਲੜਾਈ ਦੇ ਵਿੱਚ ਜਾਨੀ ਕਿ ਆਪਦੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਅਸੀਂ ਇਸ ਲੜਾਈ ਦੇ ਵਿੱਚ ਆਪਣੀ ਜਿਹੜੀ ਹੁੰਦੀ ਆ ਹੋਮੇ ਛੱਡ ਕੇ ਸਾਨੂੰ ਇਸ ਚੀਜ਼ ਲਈ ਆਉਣਾ ਪੈਣਾ ਠੀਕ ਆ ਬਾਈ ਜੀ ਇਹ ਗੱਲ ਸੋਚ ਲਿਓ ਵੀ ਕਿੱਥੇ ਜਾਂਦੀ ਆ ਇਹ ਗੱਲ ਇਹ ਗੱਲ ਨੂੰ ਹੋਰ ਦਿਸ਼ਾ ਦਿੱਤੀ ਜਾ ਰਹੀ ਆ ਜਾਣ ਬੁੱਝ ਕੇ ਨਿੱਜੀ ਕੱੜ ਜਿਹੜੀ ਆ ਉਹ ਕੱਢੀ ਜਾ ਰਹੀ ਆ ਮੇਰੀ ਕੋਈ ਵੀ ਇੰਟਰਵਿਊ ਚੈੱਕ ਕਰ ਲਿਓ ਇਹ ਕਹਿੰਦਾ ਨਾ ਕਬੱਡੀ ਤੋਂ ਖਾ ਕੇ ਕਬੱਡੀ ਦਾ ਹੀ ਮਾੜਾ ਕਰਦਾ ਜਾਂ ਕਬੱਡੀ ਨੂੰ ਹੀ ਬਦਨਾਮ ਕਰਦਾ ਮੇਰੀ ਕੋਈ ਵੀ ਇੰਟਰਵਿਊ ਸੁਣ ਲਿਓ ਅੱਜ ਤੱਕ ਮੇਰੀ ਕਿਤੇ ਵੀ ਗਰਾਊਂਡ ਦੇ ਵਿੱਚ ਮੈਂ ਕਦੇ ਕੋਈ ਅਪ ਸ਼ਬਦ ਨਹੀਂ ਬੋਲਿਆ ਹੋਣਾ ਪਲੇਅਰਾਂ ਲਈ ਠੀਕ ਆ ਇੱਕ ਅਪ ਸ਼ਬਦ ਵੀ 20 ਸਾਲ ਦਾ ਕੈਰੀਅਰ ਆ ਪਰ ਹੁਣ ਕਿਉਂ ਬੋਲਣਾ ਪੈ ਰਿਹਾ ਹੁਣ ਸਾਡੀ ਲੜਾਈ ਹੁੰਦਰੀ ਆ ਜੇ ਹੁਣ ਵੀ ਨਾ ਬੋਲੇ ਤਾਂ ਯਾਰ ਫਿਰ ਅਸੀਂ ਬੋਲਾਂਗੇ ਕਦੋਂ ਯਾਰ ਜੇ ਹੁਣ ਵੀ ਅਸੀਂ ਇਹਨਾਂ ਕਿਸਾਨੀ ਮੁੱਦਿਆਂ ਤੇ ਨਹੀਂ ਬੋਲੇ ਇਹ ਨਾਲੇ ਆਵਾਜ਼ ਮੇਰੀ ਨਹੀਂ ਸੀਗੀ ਮੈਂ ਤੁਹਾਨੂੰ ਦੱਸਾਂ ਗੱਲ ਵੀ ਜਿਹੜੀ ਉਹ ਕਹਿੰਦੇ ਆ ਵੀ ਲੋਕ ਕਬੱਡੀ ਵਾਲੇ ਜਦੋਂ ਜਾਣਦੇ ਆ ਨਾ ਧਰਨਿਆਂ ਤੇ ਤਾਂ ਲੋਕ ਜਿਹੜੇ ਉਹ ਬੁੱਧੀਜੀਵੀ ਲੋਕ ਆ ਜਾਂ ਜਿਹੜੇ ਉੱਥੇ ਇਸ ਇਨਾ ਮਹਿੰਮਾ ਦੇ ਵਿੱਚ ਇਸ ਮਹਿੰਮ ਦੇ ਵਿੱਚ ਮੂਰੇ ਲੱਗੇ ਹੋਏ ਆ ਜਾਂ ਉੱਥੇ ਜਿਹੜੇ ਲੋਕ ਮਿਲਦੇ ਆ ਜਦੋਂ ਸੜਕਾਂ ਤੇ ਜਾ ਕੇ ਬੈੰਨੇ ਆ ਉਹ ਸਵਾਲ ਕਰਦੇ ਆ ਵੀ ਕਿੱਥੇ ਆ ਤੁਹਾਡੇ ਕਬੱਡੀ ਵਾਲੇ ਤਾਂ ਮੈਨੂੰ ਲਿਖਣਾ ਪਿਆ ਉਦੋਂ ਬਿਸ਼ਰਮੀ ਹੁੰਦੀ ਆ ਉਦੋਂ ਵੀ ਯਾਰ ਵੀ ਇਹ ਕੀ ਆਪਣਾ ਸਾਰੇ ਵਰਗ ਚੱਲੇ ਵੇ ਅੱਜ ਕਲਾਕਾਰ ਵੀ ਚੱਲੇ ਵੇ ਅੱਜ ਸਾਰੇ ਵੀ ਸਾਡੇ ਬੰਦੇ ਕਿਉਂ ਨਹੀਂ ਆ ਰਹੇ ਉਹਦੀ ਨਾਲ ਦੀ ਨਾਲ ਮਹਿਣਾ ਪਤਾ ਕੀ ਦਿੰਦੇ ਆ ਇਹ ਉਦੋਂ ਵੀ ਨਹੀਂ ਸੀ ਖੜੇ ਜਦੋਂ ਅਰਵਿੰਦਰ ਪਹਿਲਵਾਨ ਉਹ ਉਹਦੀ ਡੈਥ ਹੋਈ ਸੀਗੀ ਧਰਨਿਆਂ ਤੇ ਜਾਓ ਫੋਟੋ ਪਾਉਣ ਦੀ ਗੱਲ ਜਿਹੜੀ ਮੈਂ ਕੀਤੀ ਸੀ ਅੱਜ ਨੈਸ਼ਨਲ ਮੀਡੀਆ ਸਾਡਾ ਸਾਥ ਨਹੀਂ ਦੇ ਰਿਹਾ ਅੱਜ ਨੈਸ਼ਨਲ ਮੀਡੀਆ ਤੇ ਇੱਕ ਖਬਰ ਨਹੀਂ ਚੱਲ ਰਹੀ ਸਾਡੀ ਠੀਕ ਆ ਮੇਰਾ ਕਹਿਣ ਦਾ ਮਕਸਦ ਇਹ ਸੀ ਮੈਂ ਜਾ ਕੇ ਧਰਨਿਆਂ ਤੇ ਲਾਈਵ ਹੁਣਾ ਠੀਕ ਆ ਮੈਂ ਵੀ ਫੋਟੋ ਮਾ ਪਾਉਣਾ ਮੈਂ ਵੀ ਉੱਥੇ ਜਾ ਕੇ ਆਪਣਾ ਜੋ ਵੀ ਹੁੰਦਾ ਆਪਦਾ ਬੋਲੀ ਦਾ ਵੀ ਉਹਦੇ ਵਿੱਚ ਮੈਂ ਬਾਅਦ ਚ ਦੱਸੂਗਾ ਵੀ ਕੀ ਕੀ ਹੋਣਾ ਸਾਡੇ ਨਾਲ ਬਾਅਦ ਚ ਤੇ ਧਰਨਿਆ ਤੇ ਲਾਈਵ ਹੋ ਕੇ ਜਾਣ ਦਾ ਮੇਰਾ ਕਹਿਣ ਦਾ ਮਕਸਦ ਇਹੀ ਸੀ ਵੀ ਉੱਥੇ ਜਿਹੜੀ ਸਾਡੀ ਆਵਾਜ਼ ਆ ਸਾਡੇ 플레이ਰਾਂ ਦੇ ਨਾਲ ਕਿੰਨੇ ਲੋਕ ਜੁੜੇ ਹੋਇਆ ਠੀਕ ਆ ਤਾਂ ਉਹ ਜਿਹੜੀ ਆਵਾਜ਼ ਆ ਕਿੱਥੋਂ ਤੱਕ ਪਹੁੰਚਣੀ ਆ ਇੱਕ ਇੱਕ ਬੰਦੇ ਦੇ ਕਿੰਨੇ ਕਿੰਨੇ ਫਾਲੋਅਰ ਆ ਇੰਸਟਾਗ੍ਰam ਤੇ ਫੇਸਬੁੱਕ ਤੇ ਹੋਰ ਵਟਸਐਪਾਂ ਤੇ ਠੀਕ ਆ ਮੇਰੇ ਕਹਿਣ ਦਾ ਮਤਲਬ ਉਹ ਸੀਗਾ ਠੀਕ ਆ ਤੇ ਇਹਨੂੰ ਗੱਲ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਹਾਂ ਹੱਕ ਠੋਕੇ ਕਹਿੰਦਾ ਨਹੀਂ ਆਏ ਕਬੱਡੀ ਵਾਲੇ 500 ਬੰਦੇ ਦਾ ਜ਼ਿਕਰ ਕੀਤਾ ਸੀ ਬੰਦੇ ਇੱਕ ਨੂੰ ਮਿਰਚਾਂ ਲੱਗੀਆਂ ਪਤਾ ਨਹੀਂ ਕਿਉਂ ਲੱਗੀਆਂ ਉਹਦੀ ਨਿੱਜੀ ਗੱੜਾ ਉਹ ਵੀ ਦੱਸੂਗਾ ਸਾਰੇ ਵਰਗ ਆ ਗਏ ਯਾਰ ਇੱਥੇ ਕੀ ਗੱਲ ਕਬੱਡੀ ਵਾਲੇ ਕਿਉਂ ਨਹੀਂ ਆਏ ਸਾਡੇ ਇਨ੍ਹਾਂ ਪਿੰਡਾਂ ਦੇ ਵਿੱਚੋਂ ਜਿਹੜੇ ਸਾਡੇ ਲੋਕ ਟੂਰਨਾਮੈਂਟ ਕਰਵਾਉਂਦੇ ਆ ਐਨ ਆਰ ਆਈ ਭਰਾ ਹੁਣ ਆਏ ਆ ਠੀਕ ਆ ਹੁਣ ਆ ਕੇ ਉਹਨਾਂ ਨੇ ਜਿੱਦਾਂ 5-7 ਸਾਲ ਪਹਿਲਾਂ ਇਹਨਾਂ ਟੂਰਨਾਮੈਂਟਾਂ ਤੇ ਜ਼ਿਆਦਾ ਪੈਸਾ ਲਾਉਣਾ ਸ਼ੁਰੂ ਕੀਤਾ ਉਹਨਾਂ ਨੇ ਜਿੱਦਾਂ ਜ਼ਿਆਦਾ ਇਸ ਚੀਜ਼ ਨੂੰ ਆਪਾਂ ਕਹਿ ਲਈਏ ਵੀ ਡਿਵੈਲਪ ਕਰਤਾ ਹਨਾ ਕਬੱਡੀ ਨੂੰ ਵਧੀਆ ਤਾਂ ਲੈ ਗਏ ਹਨਾ ਬਹੁਤ ਸੋਹਣੀ ਗੱਲ ਆ ਬਹੁਤ ਧੰਨਵਾਦ ਬਾਈਆਂ ਦਾ ਤੇ ਯਾਰ ਜਦੋਂ ਇੱਕ ਕਲੱਬ ਦੀ ਚੋਣ ਹੁੰਦੀ ਆ ਨਾ ਉਹਦੇ ਵਿੱਚ ਕਿਸਾਨ ਵੀ ਹੁੰਦਾ ਉਹਦੇ ਵਿੱਚ ਮਜ਼ਦੂਰ ਵੀ ਹੁੰਦਾ ਉਹਦੇ ਵਿੱਚ ਦੁਕਾਨਦਾਰ ਵੀ ਹੁੰਦਾ ਉਹਦੇ ਵਿੱਚ ਸਾਰੇ ਵਰਗ ਹੁੰਦੇ ਆ ਤੇ ਜਦੋਂ ਟੂਰਨਾਮੈਂਟ ਕਰਾਉਂਦੇ ਆ ਨਾ ਉਹਦੇ ਵਿੱਚ ਸਾਰੇ ਵਰਗ ਹੁੰਦੇ ਆ ਤੇ ਅੱਜ ਲੜਾਈ ਸਾਡੇ ਸਾਰੇ ਵਰਗਾਂ ਦੀ ਆ ਸਾਨੂੰ ਆਉਣਾ ਚਾਹੀਦਾ ਅਸੀਂ ਆਏ ਨੀਗੇ ਸਾਨੂੰ ਲੋਕ ਮਿਹਨੇ ਮਾਰਦੇ ਆ ਇਸ ਗੱਲ ਦੇ 18 ਦਿਨ ਹੋ ਗਏ ਸੰਘਰਸ਼ ਚੱਲੇ ਨੂੰ ਠੀਕ ਆ 18 ਦਿਨ ਅੱਜ ਅੱਜ ਯਾਦ ਆਈ ਸੀ ਉਹਨੂੰ ਵੀਡੀਓ ਪਾਉਣੀ ਕਿ ਜੈਲਸੀ ਹੋ ਗਈ ਸੀ ਕਿ ਵੀ ਜਲਾਲ ਆਲਾ ਕਹਤੋਂ ਬੋਲੀ ਜਾਂਦਾ ਇੰਨਾ ਵੀ ਸਾਨੂੰ ਪਿੱਛੇ ਤੁਰਨਾ ਪਊਗਾ ਇਹ ਸਿਰਫ ਤੇ ਸਿਰਫ ਇੱਕ 플레이ਰਾਂ ਨੂੰ ਇੱਕ ਉਲਟ ਕਰਨ ਦੇ ਵੀ ਰੁਪਿੰਦਰ ਦੇ ਉਲਟ ਹੋਣਗੇ 20 ਸਾਲ ਹੋ ਗਏ ਆਪਾਂ ਤਾਂ ਬਹੁਤ ਲਤਫ ਲੈ ਲਿਆ ਬਹੁਤ ਕਬੱਡੀ ਨੇ ਬਹੁਤ ਮਾਨ ਸਤਕਾਰ ਦਿੱਤਾ ਘਰੇ ਬਹਿ ਜਾਗੇ ਰਾਜੇ ਆ ਬਾਬੇ ਦੀ ਬਹੁਤ ਕਿਰਪਾ ਹੈ ਉਹਨਾਂ ਲੋਕਾਂ ਨੇ ਬਹੁਤ ਰਜਾਤੇ ਉਹਨਾਂ ਲੋਕਾਂ ਨੇ ਟੂਰਨਾਮੈਂਟ ਆਲਿਆਂ ਨੇ ਬਹੁਤ ਜਾਨੀ ਕਿ ਜਾਨੀ ਕਿ ਇਹੋ ਜੀਆਂ ਐਸ਼ ਪ੍ਰਸ਼ਟੀਆਂ ਕਰਾਤੀਆਂ ਜਿਹੜੀਆਂ ਕਦੇ ਜ਼ਿੰਦਗੀ ਦੇ ਵਿੱਚ ਸੋਚੀਆਂ ਵੀ ਨਹੀਂ ਪਰ ਅੱਜ ਸਾਡਾ ਸਮਾਂ ਜਿਹੜਾ ਉਹਨਾਂ ਦੇ ਨਾਲ ਖੜਨ ਦਾ ਠੀਕ ਆ ਜੇ ਆਪਾਂ ਨੂੰ ਕੋਈ ਗੱਲਬਾਤ ਮਾੜੀ ਵੀ ਕਰਨੀ ਆ ਤਾਂ ਉਹਦੀ ਲਾਈਵ ਹੋ ਜੰਨੇ ਆ ਯਾਰ ਕਬੱਡੀ ਵਾਲੇ ਕੀ ਗੱਲ ਹੁਣ ਕਿਉਂ ਨਹੀਂ ਹੁੰਦੇ ਮੈਂ ਉਹ ਇੰਟਰਵਿਊ ਚ ਕਿਹਾ ਵੀ ਸੀ ਜਦੋਂ ਮੈਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਨਾ ਵੀ ਕਿਉਂ ਨਹੀਂ ਆ ਰਹੇ ਕੀ ਮੈਂ ਕਿਹਾ ਇਹ ਗੱਲ ਨਹੀਂ ਕਿ ਵੀ ਨਹੀਂ ਆਏ ਆ ਰਹੇ ਆ 500 ਬੰਦਾ ਆਇਆ ਕਬੱਡੀ ਦਾ ਸਾਰਿਆਂ ਨੂੰ ਦੁਨੀਆਂ ਨੂੰ ਸਾਰਿਆਂ ਨੂੰ ਪਤਾ ਯਾਰ ਕਿਹੜਾ ਦਿਲੋਂ ਆਇਆ ਕਿਹੜਾ ਫਾਰਮੈਲਟੀ ਨਾਲ ਆਇਆ ਕਿਹੜਾ ਕਿਵੇਂ ਆਇਆ ਅਰੇ ਇਹ ਗੱਲ ਲਾਈਵ ਹੋਣ ਦੀ ਫੋਟੋਆਂ ਪਾਉਣ ਦੀ ਪਲੇਅਰਾਂ ਦੀ ਫੈਨ ਫਾਲੋ ਬਹੁਤ ਜ਼ਿਆਦਾ ਆ ਤੇ ਸਾਡੀ ਜਿਹੜੀ ਆਵਾਜ਼ ਆ ਜੇ ਕਲਾਕਾਰ ਭਰਾ ਜਨਾਰ ਤੁਰੇ ਹਨ ਤਾਂ ਉਹ ਉਹ ਸਾਡੀ ਆਵਾਜ਼ ਬਣ ਲਈ ਉਹ ਆਪਦਾ ਯੋਗਦਾਨ ਪਾ ਰਹੇ ਆ ਠੀਕ ਆ ਤੇ ਸਾਡੀ ਜਿਹੜੀ ਆਵਾਜ਼ ਆ ਅਸੀਂ ਨੂੰ ਹੀ ਪਹੁੰਚਾਉਣੀ ਆ ਸਾਡੀ ਕਿਸੇ ਨੈਸ਼ਨਲ ਮੀਡੀਆ ਨੇ ਪੰਜਾਬ ਦਾ ਸਾਡਾ ਅੱਧਾ ਮੀਡੀਆ ਸਾਥ ਦਿੰਦਾਗਾ ਅੱਧਾ ਸਾਥ ਨਹੀਂ ਦਿੰਦਾ ਠੀਕ ਆ ਇੰਨੀ ਗੱਲ ਯਾਦ ਰੱਖਿਓ ਇੱਥੇ ਆ ਕੇ ਪਤਾ ਲੱਗਦਾ ਜਦੋਂ ਬੰਦੇ ਆ ਨਾ ਲੋਕ ਧਰਨਿਆਂ ਤੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਫਟਮਾ ਪਾਉਣਾ ਕੱਲੀਆਂ ਫਟਮਾ ਨਹੀਂ ਪਾਉਂਦਾ ਜਾ ਕੇ ਬੋਲਦਾ ਵੀ ਆ ਮੋਦੀ ਖਿਲਾਫ ਬੋਲਦਾ ਕਾਰਪੋਰੇਟ ਘਰਾਣਿਆਂ ਖਰਾਬ ਬੋਲਦਾ ਅਬਾਨੀਆਂ ਅਡਾਨੀਆਂ ਖਿਲਾਫ ਬੋਲਦਾ ਪੰਜਾਬ ਸਰਕਾਰ ਕਾਂਗਰਸ ਤੇ ਕਾਲੀਆਂ ਖਿਲਾਫ ਵੀ ਬੋਲਿਆ ਸੀਗਾ ਜਿੱਦੇ ਇਹਨਾਂ ਨੇ ਰੋਡ ਸ਼ੋਅ ਕੱਢੇ ਸੀ ਜਿਹੜੇ ਕੀ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾ ਰਹੇ ਆ ਤਾਂ ਬੋਲਿਆ ਸੀ ਤਾਂ ਬੋਲਦਾ ਜਾ ਕੇ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਆਰਐਸਐਸ ਦੇ ਖਿਲਾਫ ਬੋਲਦਾ ਤੇਰੇ ਅਰਗੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਠੀਕ ਆ ਸਾਨੂੰ ਇਹ ਵੀ ਪਤਾ ਸਾਡੇ ਨਾਲ ਕੀ ਹੋਣਾ 24 ਘੰਟੇ 24 ਘੰਟੇ ਸੀਏਡੀ ਸਾਡੇ ਐ ਰਹਿੰਦੀ ਐ ਝਾਕਦੀ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਕੀ ਕਰਦੇ ਆ ਕੀ ਨਹੀਂ ਕਰਦੇ ਕੀ ਬੋਲਦੇ ਆ ਮੈਨੂੰ ਇਹਦਾ ਰਿਜ਼ਲਟ ਦਾ ਵੀ ਪਤਾ ਕੀ ਆਉਣਾ ਰਿਜ਼ਲਟ ਪਰਚਾ ਹੋਊਗਾ ਕਟਮਾਰ ਹੋਊਗੀ ਜੇਲ੍ਹ ਵੀ ਜਾਣਾ ਪਊਗਾ ਪਰ ਜਾਵਾਂਗੇ ਕੋਈ ਡਰ ਨਹੀਂ ਇਹਨਾਂ ਗੱਲਾਂ ਦਾ ਦਿਲੋਂ ਤੁਰੇ ਮੈਂ ਇਹ ਸੰਘਰਸ਼ ਲਈ ਫਾਰਮੈਲਟੀਆਂ ਨਹੀਂ ਕਰਦੇ ਆਗੇ ਮੈਂ ਬੋਲਣਾ ਨਹੀਂ ਸੀਗਾ ਯਾਰ ਮੇਰੀ ਆਤ ਨਹੀਂ ਪਰ ਮੈਨੂੰ ਮੇਰੇ ਜਿਹੜੇ ਯਾਰ ਦੋਸਤ ਆ ਜਾਂ ਜਿਹੜੇ ਆਪਣੇ ਭਰਾ ਨਾਲ ਜੁੜੇ ਆ ਉਹ ਕਹਿੰਦੇ ਵੀ ਤੈਨੂੰ ਬੋਲਣਾ ਪੈਣਾ ਮੈਂ ਉਹਨਾਂ ਨੂੰ ਜਵਾਬ ਦਿੰਦਾ ਵੀ ਮੈਂ ਛੱਡ ਖੜਾ ਕੋਈ ਗੱਲ ਨਹੀਂ ਪਰ ਮਜਬੂਰ ਕਰਤਾ ਯਾਰ ਤੂੰ ਡਰਾਮੇ ਕਰਦਾ ਲੋਕਾਂ ਨੂੰ ਸਭ ਪਤਾ ਯਾਰ ਪੱਤਰਕਾਰਾਂ ਨੂੰ ਮੈਂ ਕੋਈ ਸਵਾਲ ਸਿਖਾਉਂਦਾ ਨਹੀਂ ਤੇਰੇ ਵਾਂਗੂੰ ਵੀ ਤੂੰ ਮੇਰੇ ਤੋਂ ਆ ਪੁੱਛਣਾ ਮੈਂ ਤੈਨੂੰ ਆ ਜਵਾਬ ਦੇਵਾਂਗਾ ਪੱਤਰਕਾਰਾਂ ਦੀ ਆਪਦੀ ਜੌਬ ਆ ਉਹ ਆਪਦੀ ਕਰ ਰਿਹਾ ਜੋ ਪੁੱਛਦੇ ਆ ਉਹਨਾਂ ਨੂੰ ਜਵਾਬ ਦਿੰਦਾ ਜੇ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੇ ਕੋਈ ਟਿੱਪਣੀ ਕੀਤੀ ਹੋਵੇ ਤਾਂ ਦੱਸੋ ਕਿਸੇ ਪਲੇਅਰ ਨੂੰ ਗਰਾਊਂਡ ਦੇ ਵਿੱਚ ਜਾ ਕੇ ਯਾਰ ਮੈਂ ਬੋਲਦਾ ਲੋਕਾਂ ਨੂੰ ਕਹਿੰਦਾ ਵੀ ਤੁਰਪੋ ਤੁਰਪੋ ਜਾ ਕਦੇ ਵੀ ਕਿਸੇ ਗਰਾਊਂਡ ਦੇ ਵਿੱਚ ਜਾ ਕੇ ਪਲੇਅਰ ਨੂੰ ਕਿਹਾ ਹਾਂ ਪਰਸਨਲੀ ਤੌਰ ਤੇ ਕਹਤਾ ਹੋਊਗਾ ਫੇਸਬੁੱਕ ਤੇ ਕਹਤਾ ਹੋਊਗਾ ਅਸੀਂ ਲੋਕਾਂ ਨੂੰ ਲਾਮਬੰਦ ਕਰਨਾ ਨਾ ਪਾ ਪੁੱਠੇ ਰਾਂ ਲੋਕਾਂ ਨੂੰ ਹਜੇ ਅਸੀਂ ਲੋਕਾਂ ਨੂੰ ਆਰਡੀਨੈਂਸ ਬਿੱਲਾਂ ਬਾਰੇ ਜਾਂ ਕੋਈ ਹੋਰ ਠੀਕਾ ਉਹ ਤਾਂ ਸਮਝਾ ਨਹੀਂ ਸਕੇ ਵਿੱਚ ਤੇਰੇ ਵਰਗੇ ਆ ਕੇ ਢੁਚਾਂ ਡਾਉਣ ਲੱਗੇ ਲੱਤਾਂ ਭੂਆ ਭੂਆ ਕਰਨ ਲੱਗ ਜਾਂਦੀਆਂ ਸਟੇਜ ਤੇ ਕਿਸੇ ਦੇ ਖਿਲਾਫ ਬੋਲਣਾ ਬਹੁਤ ਔਖਾ ਹੈ ਉਹ ਵੀ ਸੈਂਟਰ ਸਰਕਾਰ ਉਹ ਵੀ ਜਿਹੜੇ ਜਮਾਂ ਐਨ ਦੁਸ਼ਮਣ ਹੋਣ ਉਹਨਾਂ ਦੇ ਖਿਲਾਫ ਬੋਲਣਾ ਹੋਵੇ ਜਦੋਂ ਯਾਰ ਇੱਕ ਬੰਦਿਆ ਨੇ ਐਪਰੀਸ਼ੀਏਟ ਕੀ ਕਰਨਾ ਠੀਕ ਆ ਤੂੰ ਮੈਂ ਵੀਰ ਤੈਨੂੰ ਇਹ ਗੱਲ ਕਹਿਣਾ ਇਹ ਸਾਡੀ ਮੌਤ ਦੇ ਬਰੰਟ ਨੇ ਜੇ ਹੁਣ ਨਾ ਅਸੀਂ ਬੋਲਾਂਗੇ ਬਾਈ ਜੀ ਫੇਰ ਅਸੀਂ ਕਦੇ ਵੀ ਨਹੀਂ ਬੋਲ ਸਕਦੇ ਫੇਰ ਸਾਡੇ ਕੋਲੇ ਆ ਜਮੀਨਾ ਜਾਇਦਾਦਾਂ ਨਹੀਂ ਰਹਿਣੀਆਂ ਫੇਰ ਸਾਡੇ ਕੋਲੇ ਕੁਝ ਵੀ ਨਹੀਂ ਰਹਿਣਾ ਸਿਸਟਮ ਖਿਲਾਫ ਬੋਲਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਗਈ ਆ ਕਾਪੀ ਤੇਰੇ ਆਸਤੇ ਹੀ ਭਰੀ ਆ ਤੇਰੇ ਜਵਾਬਾਂ ਵਾਸਤੇ ਜਿੰਨੇ ਮਰਜੀ ਲੈ ਲਈਂ ਜਦੋਂ ਮਰਜੀ ਜਰ ਜੇ ਕੋਈ ਮੇਰੇ ਨਾਲ ਪਰਸਨਲ ਰੰਜਿਸ਼ ਆ ਉਹ ਰੱਖ ਨਿੱਜੀ ਕਹਿੜਾ ਉਹ ਰੱਖ ਕੱਢ ਜਦੋਂ ਮਰਜੀ ਕੱਢ ਪਰਸਨਲ ਤੌਰ ਤੇ ਮੇਰੇ ਗੋਲੀ ਮਾਰ ਦੇ ਨਲਿਆ ਮੇਰਾ ਪਹਿਲਾ ਤੇ ਆਖਰੀ ਰਿਪਲਾਈ ਆ ਮੈਂ ਰਿਪਲਾਈ ਰਿਪਲਾਈ ਖੇਡਣ ਦੇ ਚੱਕਰ ਚ ਨਹੀਂਗਾ ਠੀਕ ਆ ਵੀ ਮੈਂ ਰਪਲਾਈ ਰਪਲਾਈ ਖੇਡੂਗਾ ਜਾਂ ਰਪਲਾਈ ਰਪਲਾਈ ਕਰਕੇ ਇਹ ਸੰਘਰਸ਼ ਨੂੰ ਅਸੀਂ ਕੋਈ ਹੋਰ ਰੂਪ ਦਈਏ ਅਸੀਂ ਲੋਕਾਂ ਨੂੰ ਲਾਂਬੰਦ ਕਰਨਾਗਾ ਤੂੰ ਵੀ ਕਰ ਸਕਦਾ ਤੇਰੇ ਚ ਵੀ ਹਿੰਮਤ ਹੈ ਹੈਗੀ ਆ ਤੇਰੇ ਤੇਰੇ ਵੀ ਫੈਨ ਫੋਲੋ ਬਹੁਤ ਆ ਤੂੰ ਵੀ ਧਰਨੇ ਲਵਾ ਸਕਦਾ ਸੀ ਤੂੰ ਵੀ ਧਰਨੇ ਲਵਾ ਸਕਦਾ ਪਰ ਤੇਰੇ ਚ ਯੁਰਤ ਹੈ ਨਹੀਂਗੀ ਤੂੰ ਕਰ ਨਹੀਂ ਸਕਦਾ ਤੈਨੂੰ ਸਿਰਫ ਓਪੋ ਦੇ ਫੋਨ ਹੀ ਰੱਖਦੇ ਆ ਵੀ ਓਪੋ ਦੇ ਫੋਨ ਫੋਟੋਆਂ ਪਾਈ ਜਾਂਦਾ ਓਪੋ ਦੇ ਫੋਨ ਓਪੋ ਦੇ ਫੋਨ ਲੈ ਲਓ ਦੱਸ ਦੇ ਤੇਰੀਆਂ ਕਿੰਨੀਆਂ ਪੋਸਟਾਂ ਪਈਆਂ ਇੱਕ ਬੁਲਾਰਾਂ ਬੁਲਾਰੇ ਦਾ ਕੰਮ ਆ ਆਵਾਜ਼ ਬੁਲੰਦ ਕਰਨੀ ਆ ਆਪਦੀ ਜਨਤਾ ਦੀ ਆਵਾਜ਼ ਆ ਇਹ ਕੋਈ ਮੈਂ ਉਹੀ ਨਹੀਂ ਬੋਲਦਾ ਵੀ ਕੋਈ ਮੈਨੂੰ ਸ਼ੌਂਕ ਨੀਗਾ ਵੀ ਮੈਂ 20 ਸਾਲ ਦੇ ਮੇਰੇ ਯਾਰ ਦੋਸਤ ਵੀ ਹੈਗੇ ਯਾਰ ਸਾਰੇ ਕਬੱਡੀ ਵਾਲਿਆਂ ਨੂੰ ਮੈਂ ਮਿਲਦਾ ਕਰਦਾ ਹਰ ਇੱਕ ਨਾਲ ਮੇਰਾ ਪਿਆਰ ਆ ਮੈਨੂੰ ਵੀ ਪਤਾ ਯਾਰ ਮੇਰੀ ਉਹ ਮੇਰੀਆਂ ਇਹਨਾਂ ਗੱਲਾਂ ਦਾ ਗੁੱਸਾ ਕਰਨਗੇ ਸੱਚ ਹੈ ਪਰ ਇਹ ਲੋਕਾਂ ਦੀ ਆਵਾਜ਼ ਆ ਕਮੈਂਟ ਪੜ ਲਿਆ ਕਰ ਥੱਲੇ ਮੈਂ ਨਹੀਂ ਬੋਲਦਾ ਲੋਕ ਬੋਲਦੇ ਆ ਲੋਕਾਂ ਦੀ ਲੋਕਾਂ ਦੀ ਆਵਾਜ਼ ਬਣ ਕੇ ਬੋਲਦਾ ਅੱਜ ਤੱਕ ਕੋਈ ਵੀ ਕਬੱਡੀ ਦਾ ਪਲੇਅਰ ਕੋਈ ਵੀ ਦਰਸ਼ਕ ਇਹ ਗੱਲ ਕਹ ਦੇ ਮੇਰੇ ਥੱਲੇ ਕਮੈਂਟ ਕਰ ਦਿਓ ਠੀਕ ਆ ਵੀ ਰੁਪਿੰਦਰ ਨੇ ਕਦੇ ਕਿਸੇ ਨਾਲ ਮਾਰੀ ਕੀਤੀ ਆ ਜਾਂ ਰੁਪਿੰਦਰ ਕਿਸੇ ਨਾਲ ਖੜਾ ਨਹੀਂ ਯਾਰ ਧਿਆਨ ਭਟਕਾ ਰਿਆ ਲੋਕਾਂ ਦਾ ਬੇਤੁਕੇ ਬਿਆਨ ਦੇ ਕੇ ਯਾਰ ਕਿਹੜੀਆਂ ਗੱਲਾਂ ਯਾਰ ਇਹ ਕਿਹੜੀਆਂ ਗੱਲਾਂ 'ਚ ਪੈ ਗਿਆਂ ਮੇਰਾ ਵੀਰ ਲੱਤਾਂ ਨਾ ਖਿੱਚ ਠੀਕ ਆ ਹੋਰ ਆਪਣੇ ਕੋਲੇ ਬਹੁਤ ਗਰਾਊਂਡ ਆ ਜਾਣੇ ਆ ਉੱਥੇ ਲੱਤਾਂ ਤੁਸੀਂ ਪਹਿਲਾਂ ਵੀ ਖਿੱਚਦਾ ਆਇਆ ਤੂੰ ਤੇ ਹੁਣ ਵੀ ਤੂੰ ਇਹੀ ਕੋਸ਼ਿਸ਼ ਕਰ ਰਿਹਾ ਤਾਂ ਵਧੀਆ ਗੱਲਾਂ ਨਹੀਂ ਇਹ ਆਪਣਾ ਯੋਗਦਾਨ ਪਾ ਲੋਕਾਂ ਨੂੰ ਲਾਮਬੰਦ ਕਰ ਲਾਮਬੰਦੀ ਦੀ ਬਹੁਤ ਲੋੜ ਹੈ ਇਸ ਟਾਈਮ ਲੋਕ ਚਾਹੁੰਦੇ ਆ ਸਾਡੇ ਤੋਂ ਲੋਕਾਂ ਨੇ ਉਮੀਦਾਂ ਲਾਈਆਂ ਹੋਈਆਂ ਯਾਰ ਜਦੋਂ ਲੋਕਾਂ ਨੇ ਸਾਡੇ ਘਰ ਭਰੇ ਆ ਯਾਰ ਤਾਂ ਕਿਉਂ ਨਹੀਂ ਕਹਿਣਗੇ ਯਾਰ ਲੋਕ ਲੋਕ ਕਹਿਣਗੇ ਯਾਰ ਲੋਕਾਂ ਨੂੰ ਉਮੀਦਾਂ ਸਾਡੇ ਤੇ ਸਾਰੇ ਸਾਰੇ ਵਰਗਾਂ ਤੇ ਉਮੀਦਾਂ ਕਬੱਡੀ ਵਾਲਿਆਂ ਤੇ ਵੀ ਕਬੱਡੀ ਵਾਲੇ ਅਸੀਂ ਜਿਆਦਾ ਮਿਲਦੇ ਜੁਲਦੇ ਆ ਤਾਂ ਉਮੀਦਾਂ ਲਾਈ ਬੈਠੇ ਆ ਸਾਡੇ ਤੇ ਯਾਰ ਇਹ ਵੀ ਬੋਲਣਗੇ ਇਹ ਵੀ ਆਉਣਗੇ ਕੱਲ ਨੂੰ ਮੌਤ ਆ ਗਈ ਮੁੜ ਕੇ ਇੱਥੇ ਬੋਲਣ ਦਾ ਕੋਈ ਫਾਇਦਾ ਨਹੀਂਗਾ ਤੁਹਾਡੇ ਕੋਲੇ ਪੈਸਾ ਹੈਗਾ ਬਾਈ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਕੋਈ ਗੱਲ ਨਹੀਂ ਪਰ ਥੋੜੀ ਖਾਲਾਂਗੇ ਝੁਕਦੇ ਨਹੀਂ ਝੁਕਣਾ ਸਿਖਾਇਆ ਨਹੀਂ ਮਨਜ਼ੂਰ ਨਹੀਂਗਾ ਇੱਕਾ ਉਹਦਾ ਡੌਗੀ ਬਣ ਕੇ ਉਹਦਾ ਪੇਜ ਉਹਦੀ ਕਰ ਰਿਆ ਸਪੋਰਟ ਮੈਂ ਫੇਰ ਬੇਨਤੀ ਕਰਦਾ ਮੇਰਾ ਕਿਸੇ ਕਬੱਡੀ ਵਾਲੇ ਨਾਲ ਕੋਈ ਵੈਰ ਵਿਰੋਧ ਨਹੀਂਗਾ ਮੈਂ ਗੱਲ ਕੀਤੀ ਲੋਕਾਂ ਦੀ ਲੋਕ ਚਾਹੁੰਦੇ ਆ ਵੀ ਸਾਡੇ ਬੰਦੇ ਮੂਰੇ ਆਉਣ ਕਬੱਡੀ ਵਾਲੇ ਮੂਰੇ ਆਉਣ ਮੈਂ ਕੋਈ ਰਿਪਲਾਈ ਦੇਣ ਦੇ ਮੂਡ 'ਚ ਨਹੀਂ ਸੀਗਾ ਪਰ ਦੇਣਾ ਪਿਆ 10 ਮਿੰਟ ਦੀ ਵੀਡੀਓ ਦੇ ਵਿੱਚ ਮੈਨੂੰ ਐ ਦੱਸ ਦੇ ਵੀ ਇੱਕ ਵਾਰੀ ਵੀ ਲੋਕਾਂ ਨੂੰ ਸੁਨੇਹਾ ਦਿੱਤਾ ਸਾਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਇਕੱਠੇ ਹੋਣਾ ਚਾਹੀਦਾ ਇੱਕ ਵਾਰੀ ਵੀ ਕਿਹਾ ਹੋਵੇ ਯਾਰ ਸਾਨੂੰ ਅੱਜ ਸਾਰਾ ਕੁਝ ਭੁੱਲ ਕੇ ਨਾ ਮੈਂ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰਨੀ ਚਾਹੁੰਦਾ ਵਖਰੇਵੇਂ ਦੀ ਗੱਲ ਹੋਈ ਬਾਈ ਲੱਖਾਂ ਵੀ ਕਰਦਾ ਹੁੰਦਾ ਵੀ ਸਾਨੂੰ ਸਾਡੇ ਵਖਰੇਵੇਂ ਭੁੱਲਣੇ ਚਾਹੀਦੇ ਆ ਮੈਂ ਤੇ ਲੱਖਾ ਮੇਰੇ ਦੋ ਪਿੰਡਾਂ ਸੰ ਦੇ ਵਿੱਚ ਆ ਲਖੇ ਸਧਾਣੇ ਦੇ ਠੀਕ ਆ ਪਿਛਲੇ ਅਸੀਂ 8 ਸਾਲਾਂ ਤੋਂ ਨਹੀਂ ਸੀ ਬੋਲਦੇ ਸਾਡੇ ਨੂੰ ਕਿਸੇ ਬੰਦੇ ਨੇ ਮਾਲਾ ਲੜਾਤਾ ਜਾਂ ਲੜਾਇਆ ਨਹੀਂ ਅ ਗਲਤਫਹਿਮੀਆਂ ਪਾਤੀਆਂ ਇੱਕ ਦੂਜੇ ਦੇ ਦਿਲ ਦੇ ਵਿੱਚ ਠੀਕ ਆ ਇੱਕ ਦੂਜੇ ਦੇ ਦਿਲ ਦੇ ਵਿੱਚ ਗਲਤਫਹਿਮੀਆਂ ਪਾਤੀਆਂ ਅਸੀਂ ਬੋਲੇ ਨਹੀਂ ਪਰ ਅਸੀਂ ਇਕੱਠੇ ਹੋਏ ਆ ਦੁਬਾਰਾ ਫੇਰ ਇਕੱਠੇ ਗਾਦੇ ਲਈ ਹੋਏ ਆ ਵੀ ਸਾਡੀ ਲੜਾਈ ਹੋਂਦ ਦੀ ਆ ਯਾਰ ਲੜਾਈ ਸਾਡੇ ਵਿਯੂਦ ਦੀ ਆ ਠੀਕ ਆ ਜੋ ਸਾਡੇ ਚ ਹੋ ਗਿਆ ਸੋ ਹੋ ਗਿਆ ਪਰ ਮੇਰਾ ਵੀਰ ਬਣ ਕੇ ਇਹਨੂੰ ਗਲਤ ਦਿਸ਼ਾ ਵੱਲ ਨਾ ਲਿਜਾ ਜਾਓ ਠੀਕ ਆ ਰਪਿੰਦਰ ਦੀ ਬਦਨਾਮੀ ਜਿਹੜੀ ਤੂੰ ਕਰਦਾ ਲੋਕਾਂ ਕੋਲੇ ਬਹੁਤ ਕਰਦਾ ਠੀਕ ਆ ਵੀ ਆਏ ਆ ਇਹ ਆਏ ਆ ਇਹ ਆਏ ਆ ਕਰ ਜੀ ਜੀ ਸਤਕੇ ਕਰ ਪਰ ਅੱਜ ਦਾ ਉਹ ਸਮਾਂ ਨਹੀਂਗਾ ਇਹ ਕੁਛ ਕਰਨ ਦਾ ਅੱਜ ਦਾ ਸਮਾਂ ਇਕੱਠੇ ਹੋਣ ਦਾਗਾ ਲੋਕਾਂ ਨੂੰ ਸੱਪਦਾ ਲੋਕ ਪਾਗਲ ਨਹੀਂਗੇ ਲੋਕ ਨਾ ਬੇਵਕੂਫ ਨਹੀਂਗੇ ਲੋਕ ਪੜ੍ਹੇ ਲਿਖੇ ਆ ਲੋਕਾਂ ਨੂੰ ਇਹ ਪਤਾ ਵੀ ਕਿਹੜਾ ਕਿਵੇਂ ਆਇਆ ਕਿਹੜਾ ਕਿਵੇਂ ਆਇਆ ਕਿਹੜਾ ਕਿਵੇਂ ਆਇਆ ਕਿਹੜੇ ਨੇ ਕਿਵੇਂ ਫਾਰਮੈਲਟੀ ਕੀਤੀ ਆ ਕਿਹੜੇ ਨੇ ਕਿਵੇਂ ਫਾਰਮੈਲਟੀ ਕੀਤੀ ਆ ਦਿਮਾਗ ਬਾਈ ਜੀ ਬਹੁਤ ਹੈਗਾ ਪਰ ਵਰਤਣਾ ਨਹੀਂ ਚਾਹੁੰਦੇ ਲਚਪੁਣੇ ਨਹੀਂ ਜਾਂਦੇ ਲਚਪੁਣੇ ਆ ਨਾ ਜਿਹੜੇ ਛੱਡ ਦੋ ਇਹ ਲਚਪੁਣੇ ਸਾਨੂੰ ਪਿੱਛੇ ਲਈ ਫਿਰਦੇ ਆ ਲੁੱਚ ਬਣਿਆ ਨਾ ਕੰਮ ਨਹੀਂ ਚੱਲਣਾ ਵੀ ਆ ਕੇ 18 ਦਿਨਾਂ ਬਾਅਦ ਲੁੱਚਪੁਣਾ ਕਰ ਗਏ ਚਲੋ ਠੀਕ ਆ ਵੀ ਲੋਕ ਸ਼ੇਅਰ ਕਰ ਦੇਣਗੇ ਉਹ ਗੱਲਾਂ ਗਈਆਂ ਲੋਕਾਂ ਨੂੰ ਤੁਹਾਡੇ ਬਾਰੇ ਵੀ ਪਤਾ ਲੱਗ ਗਿਆ ਵੀ ਕਿਸ ਕੀ ਸਿਸਟਮ ਆ ਤੇਰਾ ਰਿਪਲਾਈ ਰਿਪਲਾਈ ਖੇਡਣਾ ਹੋਇਆ ਆ ਸੰਘਰਸ਼ ਤੋਂ ਬਾਅਦ ਜਦੋਂ ਮਰਜ਼ੀ ਖੇਡ ਲਈ ਐਡਾ ਨਹੀਂਗਾ ਕੋਈ ਚੱਕਰ ਨਾ ਡਰੇ ਆ ਨਾ ਡਰਨਾ ਨਾ ਡਰਾਉਣਾ ਮਰਨਾ ਇੱਕ ਦਿਨ ਠੀਕ ਆ ਫੁੱਲ ਜਾ ਕੇ ਬੋਲੀ ਦਾ ਸਪੀਚਾਂ ਦੇਖ ਲਓ ਮੇਰੀਆਂ ਜਿੰਨੀਆਂ ਇੰਟਰਵਿਊਆਂ ਦੇਖ ਲਓ ਠੋਕ ਕੇ ਬੋਲੀਦਾ ਯਾਰ ਜਾ ਕੇ ਮੈਂ ਬਾਈ ਕੋਈ ਆਪਦੀ ਇੱਥੇ ਨਾ ਕੋਈ ਆਪਦੇ ਆਪਦੀ ਕੋਈ ਵਾਹ ਵਾਹ ਖੱਟਣ ਲਈ ਜਾਂ ਕੋਈ ਹੋਰ ਕੰਮ ਲਈ ਨਹੀਂ ਆ ਯਾਰ ਲੋਕ ਤੁਸੀਂ ਮੈਨੂੰ ਬਹੁਤ ਸਤਿਕਾਰ ਦਿੱਤਾ ਪੰਜਾਬ ਦੇ ਲੋਕਾਂ ਨੇ ਬਾਹਰਲੇ ਭਰਾਮਾ ਨੇ ਵੀ ਬਾਹਰ ਸੱਦ ਕੇ ਬਹੁਤ ਸਤਿਕਾਰ ਦਿੱਤਾ ਮੈਂ ਬਹੁਤ ਦਿਲੋਂ ਉਸ ਜੀ ਦਾ ਮੇਰੇ ਦਿਲ ਦੇ ਵਿੱਚ ਆ ਨਾ ਮੈਂ ਦਿਲ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਵੀ ਇੰਨੀ ਕਿ ਰਿਸਪੈਕਟ ਯਾਰ ਬੰਦਿਆਂ ਨੇ ਦਿੱਤੀ ਤੇ ਅੱਜ ਸਾਡਾ ਫਰਜ ਆ ਯਾਰ ਉਹਨਾਂ ਨਾਲ ਖੜਨ ਦਾ ਯਾਰ ਜਿਹੜੇ ਲੋਕਾਂ ਨੇ ਸਾਨੂੰ ਇੰਨਾ ਮਾਣ ਦਿੱਤਾ ਟਟਾਇਆ ਟਟੇ ਰਮਾਗੇ ਜਿਨੇ ਲੱਤਾਂ ਖਿੱਚਣੀਆਂ ਖਿੱਚੀ ਚੱਲੋ ਸਾਨੂੰ ਕੋਈ ਪ੍ਰਵਾਹ ਨਹੀਂ ਕੋਈ ਵੀ ਪ੍ਰਵਾਹ ਨਹੀਂ ਮੌਤ ਸਾਡੀ ਕੱਲ ਨੂੰ ਵੀ ਹੋਣੀ ਹੈ ਇਹਨਾਂ ਅੰਬਾਨੀਆਂ ਅੰਡਾਨੀਆਂ ਮੋਦੀ ਵਰਗਿਆਂ ਨੇ ਇਹਨਾਂ ਨੇ ਸਾਡੀ ਮੌਤ ਦੇ ਵਾਰੰਟ ਜਿਹੜੇ ਜਾਰੀ ਕੀਤੇ ਆ ਮੌਤ ਸਾਡੀ ਆਉਣੀ ਹੀ ਆਉਣੀ ਆ ਸਾਰਿਆਂ ਨੂੰ ਪਤਾ ਵੀ ਇਹਦੇ ਵਿੱਚ ਕੀ ਹੁੰਦਾ ਜਦੋਂ ਐ ਇਦਾਂ ਤੁਰਦੇ ਆ ਪਰ ਅੱਜ ਸਾਡੀ ਹੋਂਦ ਦੀ ਲੜਾਈ ਆ ਯਾਰ ਸਾਨੂੰ ਇੱਕ ਹੋਣਾ ਪੈਣਾ ਕੱਲ ਨੂੰ ਮੇਰੇ ਵੀਰ ਭੋਗਪੁਰ ਰੇਲਵੇ ਸਟੇਸ਼ਨ ਤੇ ਧਰਨਾ ਦਿੱਤਾ ਜਾ ਰਿਹਾ ਸਾਰੇ ਮੇਰੇ ਭਰਾ ਦੁਆਬੇ ਵਾਲੇ ਸਾਰੇ ਮਾਝੇ ਵਾਲੇ ਉੱਥੇ ਆਓ ਉੱਥੇ ਆ ਕੇ ਲਾਈਵ ਹੋ ਨਹੀਂ ਬੋਲਣਾ ਯਾਰ ਮੈਨੂੰ ਪਤਾ ਠੀਕ ਆ ਤੁਹਾਡੇ ਦਿਲ ਚ ਕਈ ਵਾਰੀ ਬੰਦੇ ਦਾ ਡਰ ਹੁੰਦਾ ਠੀਕ ਹੈ ਨਾ ਨਾ ਬੋਲੋ ਪਰ ਆ ਕੇ ਲਾਈਵ ਤਾਂ ਹੋ ਜੋ ਆ ਕੇ ਲੋਕਾਂ ਨੂੰ ਜੋੜਤਾ ਦਿਓ ਜਿਹੜੇ ਉੱਥੇ ਲੋਕ ਵਿਚਾਰਾਂ ਸੁਣਾਉਂਦੇ ਆ ਜਿਹੜੇ ਲੋਕ ਕਿਸਾਨ ਜਥੇਬੰਦਕ ਜਿਹੜੇ ਮਾਹਰ ਲੋਕ ਨੇ ਉਹਨਾਂ ਦੀਆਂ ਗੱਲਾਂ ਤਾਂ ਦਾ ਗਾਂ ਆਪਾਂ ਲੋਕਾਂ ਦੇ ਤੱਕ ਪਹੁੰਚਾ ਸਕਦੇ ਆ ਯਾਰ ਕਿ ਉਹ ਵੀ ਨਹੀਂ ਪਹੁੰਚਾ ਸਕਦੇ ਯਾਰ ਕਿ ਉਹ ਵੀ ਸਾਨੂੰ ਮੋਕ ਪੈਂਦੀ ਆ ਮੈਂ ਦੁਬਾਰਾ ਫੇਰ ਕਹਣਾ ਵੀ ਮੈਂ ਮੇਰੇ 'ਚ ਬਹੁਤ ਔਗਣ ਨੇ ਬਹੁਤ ਜਿਆਦਾ ਔਗਣ ਨੇ ਪਰ ਮੈਂ ਜਜਬਾਤੀ ਬੰਦਾ ਯਾਰ ਜਜਬਾਤੀ ਬੰਦਾ ਹੋ ਕੇ ਮੈਂ ਬੋਲਦਾ ਬੋਲਦਾ ਰਹੂੰਗਾ ਯਾਰ ਮੈਨੂੰ ਕੋਈ ਪਰਵਾਹ ਨਹੀਂ ਗਈ ਮਰਨਾ ਇੱਕ ਦਿਨ ਹੈ 32 ਸਾਲ ਦੀ ਉਮਰ ਨਗਾ ਲਈ ਘਰੇ ਵੀ ਕਿਹਾ ਵਾ ਵੀ ਕੋਈ ਭਾਈ ਆਪ ਦਾ ਟੈਨਸ਼ਨ ਨਾ ਲਿਓ ਉਹ ਜਿਹੜੇ ਜਥੇਬੰਦਕ ਲੋਕ ਆ ਉਹ ਕਿੰਨੇ ਕਿੰਨੇ ਟਾਈਮ ਤੇ ਸਾਡੇ ਲਈ ਲੜੀ ਜਾਂਦੇ ਆ ਸਾਨੂੰ ਉਹਨਾਂ ਦੀ ਸਮਝ ਆ ਗਈ ਯਾਰ ਅਸੀਂ ਪਾਰਟੀਆਂ ਪਿੱਛੇ ਆਪਦੇ ਘਰ ਖਰਾਬ ਕਰ ਲਏ ਯਾਰ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਜਿੱਥੇ-ਜਿੱਥੇ ਵੀ ਬਾਈ ਜੋ-ਜੋ ਵੀ ਪ੍ਰੋਗਰਾਮ ਮਿਲਦਾ ਹੈ ਰੇਲਵੇ ਸਟੇਸ਼ਨ ਤੇ ਆ ਬਾਈ ਜੀ ਭੋਗਪੁਰ ਜਿੱਥੇ-ਜਿੱਥੇ ਵੀ ਪ੍ਰੋਗਰਾਮ ਜਥੇ ਕਿਸਾਨ ਜਥੇ ਬੰਦੀਆਂ ਦਿੰਦਿਆਂ ਤਾ ਮੇਰਾ ਵੀਰ ਜਾਣਾ ਚਾਹੀਦਾ ਪੱਤਰਕਾਰ ਨੇ ਸਵਾਲ ਪੁੱਛਿਆ ਕਹਿੰਦਾ ਤੁਹਾਡੇ ਕਬੱਡੀ ਵਾਲੇ ਨਹੀਂ ਆਏ ਮੈਂ ਕਿਹਾ ਬਾਈ 500 ਜਣਾ ਆਇਆ ਵੀ ਬਾਕੀ ਜਿਹੜੇ ਬੰਦੇ ਨਹੀਂ ਆਏ ਉਹ ਮੇਰੀਆਂ ਇੰਟਰਵਿਊਆਂ ਸੁਣ ਲਿਓ ਉਹ ਮੇਰੇ ਮੂੰਹ 'ਚ ਸ਼ਬਦ ਪਾਉਣ ਨੂੰ ਫਿਰਦੇ ਵੀ ਤੂੰ ਨਾਂ ਲੈ ਨਾਂ ਲੈ ਨਾ ਮੈਂ ਕਿਉਂ ਯਾਰ ਕਿਸੇ ਨੂੰ ਬਦਨਾਮ ਕਰਾਂ ਕਿਉਂ ਮੈਂ ਕਿਸੇ ਨੂੰ ਬਦਨਾਮ ਕਰਾਂ ਮੈਨੂੰ ਆਏ ਦੱਸੋ ਮੈਨੂੰ ਕੀ ਅਧਿਕਾਰ ਹੈ ਕਿਸੇ ਨੂੰ ਕਿਸੇ ਤੇ ਟਿੱਪਣੀ ਕਰਨ ਦੀ ਮੱਖੀ ਭਾਜੀ ਬੰਦਾ ਆਪਣੇ ਲਈ ਬੋਲਿਆ ਆਪਾਂ ਇਹ ਚੀਜ਼ ਜਰਨੀ ਨਹੀਂ ਨੀ ਪਹਿਲਾਂ ਬੜੇ ਧੱਕੇ ਕੀਤੇ ਆ ਠੀਕ ਆ ਆਪਾਂ ਬੋਲੇ ਨਹੀਂ ਪਰ ਹੁਣ ਬੋਲਾਂਗੇ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਇਹ ਮੇਰਾ ਜਰੂਰੀ ਸੀਗਾ ਇੱਥੇ ਜੇ ਕਿਸੇ ਨੂੰ ਲੱਗਾ ਵੀ ਇਹ ਗਲਤ ਕਰ ਰਿਹਾ ਜਾਂ ਕਿਦਾਂ ਮੈਂ ਬਾਈ ਮੈਂ ਇੱਕ ਬੇਨਤੀ ਹੋਰ ਕਰਦਾ ਵੀ ਇਹ ਚੀਜ਼ ਨੂੰ ਮੈਂ ਕੋਈ ਚਾਹੁੰਦਾ ਨਹੀਂ ਸੀਗਾ ਵੀ ਇਹ ਚੀਜ਼ ਹੋਰ ਪਾਸੇ ਜਾਵੇ ਹਨਾ ਅੱਜ ਲੋਕਾਂ ਦਾ ਧਿਆਨ ਅ ਸਿਰਫ ਇੱਕੋ ਹੀ ਇੱਕ ਖਬਰ ਤੇ ਆ ਵੀ ਕਿਸਾਨ ਜਥੇਬੰਦੀਆਂ ਕੀ ਕਰ ਰਹੀਆਂ ਧਰਨੇ ਕਿਵੇਂ ਲੱਗ ਰਿਹਾ ਕੀ ਹਸਾ ਟਾ ਵਾ ਹਨਾ ਪਰ ਇਹ ਬੰਦੇ ਸਾਡੇ ਨਾ ਗਲਤ ਦਿਸ਼ਾ ਦੇ ਰਹੇ ਆ ਕਿੱਥੇ ਤਾਂ ਬੰਦਿਆਂ ਨੂੰ ਤੋੜਨਾ ਯਾਰ ਕਿੱਥੇ ਤੁਸੀਂ ਬੰਦਿਆਂ ਦਾ ਮਨੋਵਲ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਵੀ ਆ ਆਪਾਂ ਕਰਾਂਗੇ ਥੱਲੇ ਲੋਕ ਬੋਲਣਗੇ ਕਿਸੇ ਨੇ ਨਹੀਂ ਬੋਲੇ ਉਹ ਤੇਰੇ ਡੌਗੀ ਦੇ ਪੇਜ ਤੇ ਉਹਨਾਂ ਨੇ 35 ਜਾਣਿਆਂ ਨੇ ਮਿੰੂ ਦੇਖੀ ਠੀਕ ਆ ਧਿਆਨ ਨਾਲ ਰਹੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਮੈਂ ਕੋਈ ਇੱਥੇ ਲਾਈਵ ਮੈਂ ਕਿਸੇ ਨੂੰ ਕਦੇ ਯਾਰ ਮੈਂ ਕਦੇ ਬੇਇੱਜ਼ਤੀ ਨਹੀਂ ਕੀਤੀ ਕਿਸੇ ਦੀ ਮੇਰਾ ਦਿਲ ਨਹੀਂ ਕਰਦਾ ਪਰ ਲੋਕਾਂ ਦੀ ਆਵਾਜ਼ ਉਠਾਈ ਆ ਤੇ ਜੇ ਮੈਨੂੰ ਉਹਦੇ ਚ ਕੋਈ ਗਲਤ ਸਾਫਤ ਕਰੂਗਾ ਤਾਂ ਮੈਂ ਉਹਦਾ ਸਪਸ਼ਟੀਕਰਨ ਦੇਵਾਂਗਾ ਇਹ ਮੇਰਾ ਪਹਿਲਾ ਤੇ ਆਖਰੀ ਰਿਪਲਾਈ ਹੈ ਸੀਗਾ ਮੈਂ ਦੁਬਾਰਾ ਰਿਪਲਾਈ ਨਹੀਂ ਕਰਨਾ ਮੇਰੇ ਵੱਲੋਂ ਜੋ ਮਰਜੀ ਕੋਈ ਮੇਰੇ ਬਾਰੇ ਬੋਲੀ ਜਾਵੇ ਇਦੋਂ ਬਾਅਦ ਦੇਖਾਂਗੇ ਜਦੋਂ ਇਹ ਕੋਈ ਗੱਲ ਨਿਬੜਦੀ ਹੈ ਨਾ ਫਿਰ ਦੇਖ ਲਾਂਗੇ ਫਿਰ ਖੇਡ ਲਾਂਗੇ ਰਿਪਲਾਈ ਰਿਪਲਾਈ ਡਰਾਮੇ ਨਹੀਂ ਆਉਂਦੇ ਸਾਨੂੰ ਲੁੱਚ ਪੁਣਾ ਤਾਂ ਯਾਰ ਆਉਂਦਾ ਨਹੀਂ ਨਾ ਕੀਤਾ ਨਾ ਕਰਨਾ ਥੈਂਕ ਯੂ ਭਾਈ ਮੇਰੇ ਨਾਲ ਨਾ ਰੋ ਭਾਈ ਮੈਂ ਤੁਹਾਨੂੰ ਕਹਿਣਾ ਸਾਡੇ ਪੰਜਾਬ ਨਾਲ ਤੁਰੋ ਬਾਈ ਕਈ ਕਮੈਂਟ ਕਰਦੇ ਤੇਰੇ ਨਾਲ ਆ ਥੈਂਕ ਯੂ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਦਿਲੋਂ ਰਿਸਪੈਕਟ ਆ ਤੁਹਾਡੇ ਲਈ ਪਰ ਅੱਜ ਆਪਣੇ ਪੰਜਾਬ ਲਈ ਆਪਦੇ ਬੱਚਿਆਂ ਦੀ ਹੋਂਦ ਬਚਾਉਣ ਦੇ ਲਈ ਆਪਾਂ ਤੁਰ ਪਈਏ ਸਾਡੇ ਪਿੰਡਾਂ ਦੀ ਬਈ ਇਹ ਜਿਹੜੀ ਆ ਨਾ ਸੁੰਦਰਤਾ ਖਤਮ ਕਰ ਦੇਣਗੇ ਘਰਾਣੇ ਆ ਜਿਹੜੇ ਇਹ ਮੋਦੀ ਕੇ ਆ ਜਿਹੜੇ ਸਿਸਟਮ ਖਿਲਾਫ ਬੋਲਿਆਂ ਸਿਸਟਮ ਖਿਲਾਫ ਬੋਲਣਾ ਕੋਈ ਪਾਪ ਨਹੀਂਗਾ ਬੋਲਦੇ ਰਮਾਂਗੇ ਜੇ ਕੋ ਨਿੱਜੀ ਚੱਲੂਗਾ ਤਾਂ ਫਿਰ ਉਮੀਦ ਦੇਖ ਲਾਂਗੇ ਜਿਵੇਂ ਵੀ ਹੋਊਗਾ ਥੈਂਕ ਯੂ ਸਾਰੇ ਭਰਾਵਾਂ ਦਾ ਜਿੰਨੇ ਵੀ ਲਾਈਵ ਜੁੜੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਬੱਡੀ ਵਾਲਿਆਂ ਨੂੰ ਦੁਬਾਰਾ ਫੇਰ ਹੱਥ ਵੰਨ ਕੇ ਬੇਨਤੀ ਕਰਦਾ ਆਓ ਉਥੇ ਲਾਈਵ ਹੋ ਲੋਕਾਂ ਦੇ ਵਿਚਾਰ ਸੁਣੋ ਤੇ ਉਹਨਾਂ ਦਾ ਜਿਹੜਾ ਜੋ ਉਹਨਾਂ ਦੀ ਸੋਚ ਆ ਉਹਨਾਂ ਉਸ ਸੋਚ ਤੇ ਚੱਲੋ ਆ ਨੰਨੀ ਭਰਾ ਕੱਲਾ ਬੰਦਾ ਤੁਰਿਆ ਵਾ ਦੁਆਬੇ ਦੇ ਵਿੱਚੋਂ ਕੱਲਾ ਬੰਦਾ ਯਾਰ ਸਲੂਟ ਆ ਨੰਨੀ ਵੀਰੇ ਤੈਨੂੰ ਦਿਲੋਂ ਸਲੂਟ ਆ ਭਰਾ ਤੈਨੂੰ ਤੂੰ ਕੱਲਾ ਬੰਦਾ ਤੁਰਿਆ ਮਾਂ ਕੱਲੇ ਬੰਦੇ ਨੇ ਲਾਂਬੰਦੀ ਕਰ ਰਿਆ ਪੰਪ ਵੀ ਬੰਦ ਕਰਵਾ ਜਾਂ ਕੁਝ ਹੋਰ ਵੀ ਜਿਹੜੇ ਹੈਗੇ ਹਨ ਉਥੇ ਰੇਲਵੇ ਸਟੇਸ਼ਨ ਤੇ ਬੈਠੇ ਆ ਕੱਲ ਦਾ ਪ੍ਰੋਗਰਾਮ ਵੀ ਆਪਦੇ ਨਾਲ ਭਰਾਵਾਂ ਨੂੰ ਨਾਲ ਰੱਖੇ ਨੇ ਕੱਲੇ ਨਹੀਂ ਰੱਖਿਆ ਸਾਰੇ ਦਾ ਸਾਥ ਦੇਣਾ ਆਪਾਂ ਮਾਝੇ ਦੁਆਬੇ ਨੇ ਮਾਲਵੇ ਚ ਵੀ ਜਿਹੜੇ ਜਾ ਸਕਦੇ ਆ ਜਾਓ ਉਥੇ ਵੱਧ ਤੋਂ ਵੱਧ ਆਪਾਂ ਇਕੱਠ ਕਰਕੇ ਦਿਖਾਈਏ ਕਿਹੜਾ ਆ ਕਬੱਡੀ ਵਾਲਾ ਮੈਨੂੰ ਆ ਦੱਸੋ ਕਿੰਨੀਆਂ ਫੈਡਰੇਸ਼ਨਾਂ ਕੰਮ ਕਰਦੀਆਂ ਚਾਰ ਫੈਡਰੇਸ਼ਨਾਂ ਕੰਮ ਕਰਦੀਆਂ ਸਭ ਤੋਂ ਪਹਿਲਾਂ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਫੇਰ ਨਾਰਥ ਇੰਡੀਆ ਫੈਡਰੇਸ਼ਨ ਫੇਰ ਮੇਜਰ ਲੀਗ ਕਬੱਡੀ ਫੈਡਰੇਸ਼ਨ ਫੇਰ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਚਾਰਾਂ ਫੈਡਰੇਸ਼ਨਾਂ ਦੇ ਵਿੱਚੋਂ ਸਬਾਏ ਇੱਕ ਟੋਨੀ ਸੰਧੂ ਬੰਦਾ ਆਇਆ ਟੋਨੀ ਸੰਧੂ ਨੂੰ ਪੁੱਛ ਲਓ ਕਿੰਨੇ ਕ ਨਾਲ ਸੀਗੇ ਕਬੱਡੀ ਵਾਲੇ ਜਦੋਂ ਉਹਨੇ ਪਿੰਡ ਦੇ ਵਿੱਚ ਉਹ ਕੀਤਾ ਜਾਂ ਫਗਵਾੜੇ ਲੈ ਕੇ ਗਿਆ ਸੀ ਮਾਰਚ ਹੋਰ ਕਿਹੜਾ ਬੰਦਾ ਆਇਆ ਜਾਂ ਇੱਕ ਦੋ ਬੰਦੇ ਹੋਰ ਆਏ ਹੋਣਗੇ ਸਿਰਫ ਅਖਬਾਰਾਂ ਤੱਕ ਸੀਮਤ ਰਹਿ ਗਏ ਅਸੀਂ ਨਾਲ ਖੜਾਂਗੇ ਅਸੀਂ ਇਸ ਸੰਘਰਸ਼ ਦੇ ਵਿੱਚ ਯਾਰ ਮੈਂ ਇੱਕ ਬਲਾਰਾਂ ਐਡਾ ਕ ਛੋਟਾ ਜਾਂ ਬਲਾਰਾਂ ਯਾਰ ਸੋਨ ਰੋੜ ਕੀ ਮੰਗੀ ਭਾਜੀ ਵੀ ਜਾਂਦਾ ਧੰਨਵਾਦ ਸੀਰਾ ਪਿੱਥੋ ਵੀ ਜਾਂਦਾ ਮੰਗੀ ਹੋਣੀ ਸੋਨ ਰੋੜ ਕੀ ਹੋਣੀ ਜਾਂਦੇ ਆ ਹੋਰ ਮੈਂ ਬੰਦਿਆਂ ਦੀ ਗੱਲ ਕਰਦਾ ਕਿੰਨੇ ਬੰਦੇ ਆ 20000 ਬੰਦਾ ਕਬੱਡੀ ਖੇਡਦਾ 100 100 ਟੀਮ ਹੋ ਜਾਂਦੀ ਹੈ ਟੂਰਨਾਮੈਂਟਾਂ ਤੇ ਹੁਣ ਕਿੰਨੇ ਕਾਉਂਦੇ ਆ ਯਾਰ ਯਾਰ ਗੱਲ ਸੋਚਣ ਦੀ ਹੈ ਯਾਰ ਸਾਨੂੰ ਕੋਈ ਫੈਡਰੇਸ਼ਨ ਦਾ ਬਾਬ ਨਾ ਕਰਕੇ ਕਿੱਥੇ ਤਾਂ ਸਾਨੂੰ ਇਹਨਾਂ ਨੇ ਦੇਣਾ ਯਾਰ ਵੀ ਆਪਣਾ ਆ ਆਪਣਾ ਅਗਲਾ ਪਲਾਨ ਹੈ ਵੀ ਆਪਾਂ ਕਬੱਡੀ ਵੱਲੋਂ ਆਹ ਕਰ ਰਹੇ ਹਾਂ ਕਬੱਡੀ ਕਬੱਡੀ ਵੱਲੋਂ ਆਪਣਾ ਇੱਥੇ ਧਰਨਾ ਹੋਊਗਾ ਵੀ ਆਪਾਂ ਆਹ ਪ੍ਰੋਟੈਸਟ ਕਰਨਾ ਕੋਈ ਵੀ ਨਹੀਂਗਾ ਅਸੀਂ ਇੱਥੇ ਇੱਕ ਬੁਲਾਰੇ ਹੋ ਕੇ ਮੈਨੂੰ ਪਤਾ ਮੇਰਾ ਨੁਕਸਾਨ ਹੋਣਾ ਯਾਰ ਉਹੀ ਮੈਨੂੰ ਉਸ ਚੀਜ਼ ਦੀ ਪਰਵਾਹ ਨਹੀਂ ਮੇਰੇ ਟੂਰਨਾਮੈਂਟ ਵੀ ਕੈਨਸਲ ਕਰਾਏ ਜਾਣਗੇ ਇਹ ਵੀ ਗਾਇ ਜਾਊਗਾ ਇਹਨੂੰ ਬੁਲਾਓ ਨਾ ਹੋਰ ਬਹੁਤ ਕੁਝ ਹੋਊਗਾ ਪਰ ਉਹਨਾਂ ਚੀਜ਼ਾਂ ਨੂੰ ਪਿੱਛੇ ਰੱਖ ਕੇ ਅੱਗੇ ਸਾਡੇ ਹੱਕ ਆ ਅੱਗੇ ਸਾਡੇ ਹੋਂਦ ਦੀ ਲੜਾਈ ਆ ਤਾਂ ਤੁਰਿਆ ਵਾ ਕੋਈ ਚੱਕਰ ਨਹੀਂ 20 ਸਾਲ ਬਹੁਤ ਬੋਲ ਲਏ ਬਹੁਤ ਕੁਝ ਕਰ ਲਿਆ ਇਕੱਠੇ ਹੋਣ ਦੀ ਲੋੜ ਆ ਵੀਰੋ ਮੈਂ ਕੋਈ ਬਾਹਲਾ ਵੱਡਾ ਨਹੀਂ ਪਰ ਦਿਲ ਦੇ ਜਜ਼ਬਾਤ ਉਹ ਜਿਹੜੇ ਜ਼ੁਬਾਨ ਤੇ ਆ ਜਾਂਦੇ ਆ ਉਹ ਰੱਖੇ ਨਹੀਂ ਜਾਂਦੇ ਅੰਦਰ ਸਾਰਿਆਂ ਦੀ ਗੱਲ ਆਏ ਸਾਡੀ ਜੇ ਤਾਂ ਕੋਈ ਇੱਕ ਵਰਗ ਦੀ ਮੇਰੇ ਪਲਾਟ ਦਾ ਰੌਲਾ ਵੀ ਜਾਂ ਤਾਂ ਮੈਂ ਕਹਿੰਦਾ ਹਾਂ ਮੈਂ ਲਾਈਵ ਹੋ ਕੇ ਉੱਥੇ ਵੀ ਮੇਰੇ ਪਿੱਛੇ ਲੱਗੋ ਆਪਾਂ ਚੱਲਦੇ ਆਂ ਇੱਕ ਗੱਲ ਮੈਂ ਹੋਰ ਮੈਂ ਤੁਹਾਨੂੰ ਦੱਸਦਾ ਇਹ ਹੁਣ ਇਹ ਵੀ ਵਿਚ ਵਿਚ ਮੈਂ ਲਾਦਾ ਆਪਸ ਵਿੱਚ ਕੁਸਰ ਮੂਸਰ ਲੁੱਚਪੁਣੇ ਜੇ ਕਰਦੇ ਹੋਣਗੇ ਕਰਦਾ ਹੋਊਗਾ ਵੀ ਇਹ ਤਾਂ ਐਮਐਲਏ ਦੀ ਟੈਕਟ ਲੈਂਨ ਨੂੰ ਫਿਰਦਾ ਇੱਕ ਦੋ ਇਹਨਾਂ ਦੇ ਮੇਰੇ پاس ਵੀ ਜਿਹੜੇ ਮੈਨੂੰ ਮੈਸੇਜ ਵੀ ਕਰਦੇ ਐ ਐਮਐਲਏ ਸਾਹਿਬ ਐ ਅੱਜ ਤੁਹਾਨੂੰ ਇੰਨੇ ਬੰਦਿਆਂ 'ਚ ਗੱਲ ਕਹਿਣਾ ਤੂੰ ਪਹਿਲਾਂ ਵੀ ਦੋ ਇੰਟਰਵਿਊ 'ਚ ਕਹਤਾ ਬਿਨਾਂ ਕਿਸਾਨ ਜਥੇ ਬੰਦਿਆਂ ਤੋਂ ਕਿਸੇ ਦਾ ਸਾਥ ਨਹੀਂ ਦਿੰਦਾ ਜਿੰਨਾ ਟਾਈਮ ਦਾਵਾ ਜਿੰਨਾ ਟਾਈਮ ਸਾਹ ਚੱਲਦੇ ਆ ਤੇ ਜੇ ਅੱਜ ਬਦਲਾ ਭਾਲਦੇ ਆ ਨਾ ਆਪਾਂ ਸਾਰੇ ਬਦਲਾ ਭਾਲਦੇ ਆ ਬਿਨਾਂ ਕਿਸਾਨ ਜਥੇ ਬੰਦਿਆਂ ਤੋਂ ਸਾਨੂੰ ਬਦਲਾ ਨਹੀਂ ਮਿਲਣਾ ਕਿਸੇ ਪਾਰਟੀ ਤੇ ਆਸ ਨਾ ਰੱਖਿਓ ਮੈਨੂੰ ਕੋਈ ਲੋੜ ਨਹੀਂ ਮੈਨੂੰ ਕੋਈ ਸ਼ੌਂਕ ਨਹੀਂ ਵੀ ਮੈਂ ਜਿਹੜੇ ਆਪਦੇ ਹੀ ਫੀਲਡ ਦੇ ਵਿੱਚ ਦੁਸ਼ਮਣੀਆਂ ਪਾਵਾਂ ਪਰ ਮੈਨੂੰ ਪਵਿੱਖ ਦਿਸ ਰਿਹਾ ਯਾਰ ਤੁਹਾਨੂੰ ਕਿਉਂ ਨਹੀਂ ਦਿਸ ਰਿਹਾ ਯਾਰ ਜੋ ਮੈਨੂੰ ਦਿਸ ਰਿਹਾ ਤੁਹਾਨੂੰ ਕਿਉਂ ਨਹੀਂ ਦਿਸ ਰਿਹਾ ਕੀ ਕਰਨਗੇ ਯਾਰ ਜਿਹੜੇ ਸਾਡੇ ਗਰੀਬ ਕਿਸਾਨ ਆ ਜਾਂ ਦੁਕਾਨਾਂ ਵਾਲੇ ਜਾਂ ਹੋਰ ਜਿਹੜੇ ਹੈਗੇ ਆ ਮਜ਼ਦੂਰ ਲੋਕੋ ਕੀ ਕਰਨਗੇ ਯਾਰ ਜੇ ਅਸੀਂ ਅੱਜ ਉਹਨਾਂ ਦੀ ਲੜਾਈ ਲੜਾਂਗੇ ਅੱਜ ਅਸੀਂ ਉਹਨਾਂ ਦੀ ਜਵਾਨ ਬਣਾਂਗੇ ਅੱਜ ਅਸੀਂ ਉਹਨਾਂ ਨੂੰ ਉਹਨਾਂ ਲਈ ਖੜਾਂਗੇ ਤਾਂ ਕਿੰਨਾ ਵਧੀਆ ਹੋਊਗਾ ਯਾਰ ਮੈਂ ਉਹ ਗੱਲ ਕਰਦਾ ਸੀਗਾ ਮੈਂ ਉਹਨੇ ਗੱਲ ਚਲਾਉਣਗੇ ਵੀ ਇਹ ਪਤ ਨਹੀਂ ਐਮਐਲਏ ਦੀ ਟੈਕਟ ਜਾਂ ਉਹ ਆਪਦਾ ਗਰਾਊਂਡ ਤਿਆਰ ਕਰ ਰਿਹਾ ਜੇ ਆ ਬੋਹਾ ਫਲਾਣਾ ਧੌਂਕਾ ਪਿੰਡ ਦੀ ਮੈਂਬਰੀ ਤੋਂ ਲੈ ਕੇ ਕੋਈ ਵੀ ਚੋਣ ਅੱਜ ਤੋਂ ਪਹਿਲਾਂ ਵੀ ਇਹੀ ਸੋਚ ਸੀ ਅੱਜ ਫੇਰ ਤੁਹਾਨੂੰ ਦੁਬਾਰੇ ਇਹੀ ਗੱਲ ਕਹਿਣਾ ਜੇ ਕਰੇ ਲੜਾਂ ਜਾਂ ਤੁਸੀਂ ਕਦੇ ਇਹ ਚੀਜ਼ ਉਹ ਕਰ ਲਓ ਦੇਖ ਲਓ ਤਾਂ ਮੇਰੇ ਮੂਰੇ ਆ ਵੀਡੀਓ ਲਿਆ ਕੇ ਦਿਖਾ ਦਿਓ ਵੀ ਤੂੰ ਫਲਾਣੇ ਟਾਈਮ ਫਲਾਣੀ ਗੱਲ ਕਹੀ ਸੀ ਦਿਲੋਂ ਤੁਰਿਆ ਵਾ ਦਿਲੋਂ ਬਦਨਾਮ ਨਾ ਕਰ ਬਹੁ ਸਮਾਂ ਪਿਆ ਉਹਦੋਂ ਕਿਹੜਾ ਕੱਢ ਲਾਂਗੇ ਮਹਾਰਾਜ ਤੈਨੂੰ ਵੀ ਜ਼ਿੰਦਗੀ ਬਖਸ਼ੇ ਸਾਨੂੰ ਵੀ ਬਖਸ਼ੇ ਪਾੜ ਪਾਉਂਦੇ ਆ ਯਾਰ ਸਹੀ ਗੱਲ ਆ ਇਹ ਇਹਨਾਂ ਨੂੰ ਲੋਕਾਂ ਦਾ ਧਿਆਨ ਫੜਕਾਉਂਦੇ ਆ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਜੁੜੇ ਵੀਰ ਜੁੜੇ ਹੋਏ ਆ ਤੁਸੀਂ ਸ਼ੇਅਰ ਕਰ ਦਿਓ ਆਹ ਹਨਾ ਪਰ ਤਰਪੋ ਯਾਰ ਮੇਰਾ ਵੀਰ ਬਣ ਕੇ ਮੇਰੇ ਕਰਕੇ ਨਹੀਂ ਆਪਦੇ ਬੱਚਿਆਂ ਦੇ ਕਰਕੇ ਆਪਣੇ ਜਿਹੜੇ ਆ ਭਵਿੱਖ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਬਾਹਰਲੀਆ ਫੈਡਰੇਸ਼ਨਾਂ ਨੂੰ ਵੀ ਮੇਰੀ ਬੇਨਤੀ ਆ ਯਾਰ ਅੱਗੇ ਤਾਂ ਆਪਾਂ ਉਦਾਂ ਹੀ ਮਾੜੇ ਜੇ ਨਾਲ ਫੈਡਰੇਸ਼ਨ ਦੀ ਮੀਟਿੰਗ ਬੁਲਾ ਲੈਨੇ ਆ ਯਾਰ ਹੁਣ ਮੀਟਿੰਗਾਂ ਬੁਲਾਓ ਯਾਰ ਹੁਣ ਤੁਸੀਂ ਆਪੋ ਆਪਣੀਆਂ ਸਰਕਾਰਾਂ ਨੂੰ ਦੱਸੋ ਯਾਰ ਵੀ ਸਾਡੇ ਲੋਕਾਂ ਨਾਲ ਇੰਨਾ ਧੱਕਾ ਹੋ ਰਿਹਾ ਉੱਥੇ ਯਾਰ ਉਹ ਦਿਨ ਦੂਰ ਨਹੀਂ ਯਾਰ ਜਦੋਂ ਸਾਡੇ ਹਾਲਾਤ ਦੱਖਣੀ ਕੋਰੀਆ ਵਾਲੇ ਹੋਣਗੇ ਕੀ ਚਿੰਗਕੋਂਗ ਕੇ ਕਿਹੜਾ ਕੀ ਨਾ ਉਹਦਾ ਯਾਰ ਉਹਦੇ ਉਹ ਉਹ ਹਾਲਾਤ ਹੋਣਗੇ ਸਾਡੇ ਨਾਲ ਯਾਰ ਐ ਸਾਡੇ ਨਾਲ ਹਾਲਾਤ ਹੋਣਗੇ ਵੀ ਸਾਨੂੰ ਜੋ ਅਸੀਂ ਕਹਾਂਗੇ ਉਹੀ ਪਹਿਨਣਾ ਜਿਵੇਂ ਉਹ ਕਹਿੰਦਾ ਵੀ ਅ ਅੱਜ ਨੈਸ਼ਨਲ ਮੀਡੀਆ ਤਾਂ ਸਾਡੇ ਨਾਲ ਕਰ ਹੀ ਰਿਹਾ ਨੈਸ਼ਨਲ মিডিਆ ਕਰ ਰਿਹਾਗਾ ਨੈਸ਼ਨਲ মিডিਆ ਸਾਨੂੰ ਕਿੱਥੇ ਦਿਖਾ ਰਿਹਾ ਦੱਸੋ ਨਹੀਂ ਦਿਖਾ ਰਿਹਾ 50% ਤਾਂ ਸਾਡੇ ਉਹ ਚੀਜ਼ ਲਾਗੂ ਹੋ ਚੁੱਕੀ ਆ ਦੱਖਣੀ ਕੋਰੀਆ ਵਾਲੀ ਕੁੜੀਆਂ ਵਿਚਾਰੀਆਂ ਉੱਥੇ ਕੁੜੀ ਨਾਲ ਬਲਾਤਕਾਰ ਹੋਇਆ ਆਪਣਾ ਯੂਪੀ ਦੇ ਵਿੱਚ ਕੀ ਕੀ ਕੁਸ਼ ਹੋ ਜਾਂਦਾ ਉਸ ਤੋਂ ਬਾਅਦ ਉਹ ਉੱਥੋਂ ਦਾ ਮੁੱਖ ਮੰਤਰੀ ਬਿਆਨ ਦਿੰਦਾ ਕਹਿੰਦਾ ਠਾਕਰ ਆਪਣਾ ਠਾਕਰਾਂ ਤਾਂ ਪਤਨੀ ਕਹਿੰਦਾ ਖੂਨ ਗਰਮ ਹੁੰਦੇ ਐ ਲੋ ਤੋ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਬਾਹਰਲੇ ਭਰਾਵਾਂ ਨੂੰ ਮੇਰੀ ਬੇਨਤੀ ਆ ਤੁਸੀਂ ਦਬਾਅ ਬਣਾਓ ਬਾਈ ਯਾਰ ਜੇ ਤੁਸੀਂ ਸਾਰੀਆਂ ਕੰਟਰੀਆਂ ਰਲ ਕੇ ਦਬਾਅ ਬਣਾਉਂਗੇ ਹਨਾ ਤਾਂ ਕੁਝ ਨਾ ਕੁਝ ਹੱਲ ਹੋ ਜੂਗਾ ਕਿਸਾਨਾਂ ਦਾ ਇੱਥੇ 80-80 ਸਾਲ ਦੇ ਬੁਢੇ ਬਜ਼ੁਰਗ ਮਾਤਾ ਜਵਾਕ ਯਾਰ ਛੋਟੇ-ਛੋਟੇ 2-2 3-3 4-4 ਸਾਲ ਦੇ ਧਰਨਿਆਂ ਚ ਜਾਈ ਜਾਂਦੇ ਆ ਯਾਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਰੇ ਜਿਹੜੇ ਭਰਾਵਾਂ ਨੇ ਲਾਈਵ ਸੁਣਿਆ ਇੰਨੀ ਆਕ ਬੇਨਤੀਆਂ ਸੀਗੀਆਂ ਨਾ ਕਿਸੇ ਤੋਂ ਦਵੇਆਂ ਨਾ ਕਿਸੇ ਤੋਂ ਦਬਣਾ ਤੇ ਨਾ ਹੀ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਆ ਹਰ ਇੱਕ ਦੀ ਰਿਸਪੈਕਟ ਕੀਤੀ ਆ ਹਰ ਇੱਕ ਦੀ ਹਰ ਹਰ ਇੱਕ ਤੋਂ ਰਿਸਪੈਕਟ ਕਰਵਾਈ ਆ ਥੈਂਕ ਯੂ ਸੋ ਮੱਚ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ